ਜਿਹੜੀ ਹਵਾ ਆਈ ਹੈ ਨਾ ਸਾਰੀ ਚਾਹ ਕਿਤਨਾ ਵਜ਼ਨ ਹੁੰਦਾ ਕੋਈ ਨਹੀਂ ਸੁੱਕੇ ਕਾਨੇ ਹੁੰਦੇ ਫਿਰ ਠੰਡਾ ਹੈ ਗਏ ਬਾਕੀ ਸਾਰੇ ਕਣਕਾਂ ਜਿਨ੍ਹਾਂ ਨੂੰ ਪਾਣੀ ਲੱਗੋ ਹੀ ਉਹ ਬਹੁਤ ਜ਼ਿਆਦਾ ਢਹਿ ਗਈਆਂ ਨਾ ਮੋੜੀ ਥੋੜ੍ਹੀ ਰੱਖੀ ਅਸਲਾਮ ਵਾਲੇਕੁਮ ਦੋਸਤੋ, ਮੈਂ ਮੁਹੰਮਦ ਅਸਦ ਅਤੇ ਤੁਸੀਂ ਵੇਖ ਰਹੇ ਯੂਟਿਊਬ ਚੈਨਲ ਅਸਦ ਜਨਜੂਆ ਅਫੀਸ਼ੀਅਲ। ਕੀ ਹਾਲ ਚਾਲ ਹੈ ਸਭ ਦੋਸਤਾਂ ਤੋਂ? ਉਮੀਦ ਕਰਨਾ ਸਭ ਖੈਰੀਅਤ ਨਾਲ ਦੋਸਤੋ ਜੀ। ਦੋਸਤੋ, ਕੱਲ੍ਹ ਦਾ ਵਿਲਾਗ ਤੁਸੀਂ ਵੇਖਿਓ ਸੀ ਕਿ ਕੱਲ੍ਹ ਸ਼ਾਮ ਨੂੰ ਮੌਸਮ ਥੋੜ੍ਹਾ ਥੋੜ੍ਹਾ ਖਰਾਬ ਆਈ, ਮਤਲਬ ਹਲਕੀ ਹਲਕੀ ਹਵਾ ਚੱਲੀ ਹੋਈ ਆਈ ਅਤੇ ਬਦਲ ਹੀ ਆਈ, ਲੇਕਿਨ ਰਾਤ ਨੂੰ ਮੌਸਮ ਜ਼ਿਆਦਾ ਖਰਾਬ ਹੋ ਗਿਆ। ਹਨੇਰੀ ਜਿਹੜੀ ਨਾ ਕਾਫੀ ਜ਼ਿਆਦਾ ਆਈ, ਬਹੁਤ ਤੇਜ਼ ਹਵਾ ਆਈ, ਜਿਸ ਵਜ੍ਹਾ ਤੋਂ ਨਾ ਇਹ ਸਾਰੀਆਂ ਜਿਹੜੀ ਪਤਲਾਂ ਹਨ ਉੱਤੋਂ ਪਈਆਂ, ਉਹ ਥੱਲੇ ਡੈ ਪਈ। ਮੈਂ ਤੁਹਾਨੂੰ ਖਾਈ ਮੌਸਮ ਜਿਹੜਾ ਜੀ ਹੁਣ ਵੀ ਥੋੜ੍ਹਾ ਖਰਾਬ ਹੀ ਹੈ, ਕਿਉਂਕਿ ਦੋ ਤਿੰਨ ਦਿਨ ਬਾਰਿਸ਼ ਦੱਸੀ ਹੋਈ ਹੈ ਮਹਿਕਮਾ ਮੌਸਮੀ ਆ ਤਲਿਆ, ਅਤੇ ਰਾਤੀ ਬਹੁਤ ਜ਼ਿਆਦਾ ਹਨੇਰੀ ਆਈ, ਬਾਰਿਸ਼ ਥੋੜ੍ਹੀ ਆਈ, ਹਨੇਰੀ ਬਹੁਤ ਜ਼ਿਆਦਾ ਆਈ, ਸਾਰੀ ਕਣਕਾਂ ਹੀ ਢਹਿ ਗਈਆਂ, ਅਤੇ ਇਹ ਜਿਹੜੇ ਸਾਰਾ ਮਟੀਰੀਅਲ ਛੱਤ ਦਾ ਨਾ ਇੱਥੋਂ ਇਸ ਰੱਖ ਦਾ ਉਹ ਇੱਥੇ ਉੱਤੇ ਪਈਆਂ, ਪਤਲਾ ਸੀ ਸਾਰੀ ਦੁਬਾਰਾ ਬਣਵਾ ਕੇ ਉੱਤੇ ਚਾੜਨੀਆਂ, ਉਹ ਬਾਰਿਸ਼ ਆਈ ਹੈ ਤਾਂ ਜਿਹੜੀ ਹਵਾ ਆਈ ਹੈ ਨਾ ਸਾਰੀ ਚਾਹ ਕਿਤਨਾ ਵਜ਼ਨ ਹੁੰਦਾ ਕੋਈ ਨਹੀਂ ਸੁੱਕੇ ਕਾਨੇ ਹੁੰਦੇ ਫਿਰ ਠੰਡਾ ਹੈ ਗਏ, ਬਾਕੀ ਸਾਰੇ ਖਰਾਬ ਹੋ ਗਏ। ਚਲੋ ਹਵਾ ਫਿਰ ਗਈ ਹੈ, ਇਹਨੂੰ ਕੋਈ ਨੀ ਲੋੜ ਹਵਾ ਦੀ, ਆ ਤੂੰ ਆ ਕੇ ਕੋਈ ਕੇ ਸ਼ੁਰੂ ਕਰੇ ਨਾ ਅੱਜੋ ਆ ਬੜਾ ਤੇ ਜਿਹੜਾ ਹੋਣਾ ਉਹ ਜਿਹੜੇ ਦਾ ਖੋੜੇ ਹੀ ਜਿਹੜੇ ਉਹਦੇ ਗੱਪੇ ਉਹ ਜੇ ਗੱਪਿਆਂ ਦਾ ਕਿਉਂ ਉਹ ਗੱਪੇ ਦੇ ਲੋੜ ਤੋਂ ਤੇ ਚੜ ਜਾਵੇ ਨੀ ਇੱਕ ਸਿਰ ਹੋਏ ਕੇ ਹੀ ਨਹੀਂ ਨਾ ਪੂਰੇ ਆਮਣੇ, ਮੈਨੂੰ ਪਤਾ ਹੈ ਨੀ ਲੋਏ ਇਹੋ ਜੇ ਸਾਰੇ ਕੇ ਹੀ ਨਹੀਂ ਇਹ ਸਾਰੇ ਉੱਤੇ ਉਖੜੇ ਪੈਣ ਕਾਨੇ ਤੇ ਤੂੰ ਮੁੜ ਕੋ ਜ਼ੋਰ ਬਣਾ ਲਿਓ ਇਹੋ ਜੇ ਨੂੰ ਨਾ ਉਹ ਮੇਰੀ ਗੱਲ ਸੁਣ ਇਹੋ ਜੇ ਨੂੰ ਚਲੋ ਨਾ ਖੋੜ ਜਿਹੜੇ ਇਹੋ ਜੇ ਨੇ ਨਾ ਖੋੜ ਆ ਜਿਹੜੇ ਢੇਰ ਖਰਾਬ ਹੈ ਜਾਂ ਖਿਲ ਰਹੇ ਉਹਨਾਂ ਨੂੰ ਖੋੜ ਲਾ ਪਿਛਲੇ ਪੈਰ ਸੀ ਚਲੋ ਮੋੜ ਹਵਾ ਕਰ ਦੇਣਾ ਸਹੀ ਡੋਰੀ ਕੰਮ ਕਰੋ ਨਾ ਇਹ ਡੋਰੀ ਜਿਹੜੀ ਸੂਤਰ ਕੇਸ਼ਰੀ ਬਣਾਈ ਦਿਓ ਆਪ ਨੇ ਬਣਾਈ ਦੇ ਘਰ ਆਪ ਤਾਂ ਬਣਾ ਅੱਛਾ ਮੇਰੇ ਵੇਖਣ ਵਾਲੇ ਕੁਝ ਬਾਈ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਪਤਲਾਂ ਕੀ ਆਉਂਦੀਆਂ ਨੇ ਤੂੰ ਨਾਮ ਦੱਸ ਦੇਵਾਂ ਕਿ ਇਹ ਨਾ ਕਾਨਿਆਂ ਨਹੀਂ ਬਣਦੀਆਂ ਨੇ, ਕਾਨੇ ਇੱਕ ਸਮਝ ਲਓ ਫਸਲ ਹੁੰਦੀ ਜਿੱਥੇ ਜ਼ਿਆਦਾ ਪਾਣੀ ਖਲੋਤਾ ਹੁੰਦਾ ਨਾ ਉੱਥੇ ਉਗਾਏ ਜਾਂਦੇ ਨੇ, ਅਤੇ ਇਹਨਾਂ ਨੂੰ ਫਿਰ ਵੱਢ ਕੇ ਉੱਤੋਂ ਸੁਕਾ ਕੇ ਇੱਕ ਇੱਕ ਕਾਨੂੰ ਨਾਲ ਜੋੜ ਕੇ ਉਹਨਾਂ ਨੂੰ ਮੰਨਿਆ ਜਾਂਦਾ ਬਰੀਕ ਰੱਸੀ ਨਾਲ ਜਾਂ ਵਰੀ ਨਾਲ, ਮੁੜ ਉਸ ਤੋਂ ਬਾਅਦ ਇਹਨਾਂ ਛੱਤ ਚਾੜਿਆ ਜਾਂਦਾ, ਅੱਗੇ ਬਹੁਤ ਜ਼ਿਆਦਾ ਇਸਤੇਮਾਲ ਹੁੰਦੇ ਆ ਜਦੋਂ ਲੱਕੜ ਦੀਆਂ ਛੱਤਾਂ ਆਉਂਦੀਆਂ, ਜਿਵੇਂ ਮੇਰੇ ਉੱਤੋਂ ਤੁਸੀਂ ਵੇਖ ਰਹੇ ਹੋ ਵੀ ਇਹ ਲੱਕੜੀ ਪਈ ਹੋਈ ਹੈ ਟੀਆਰ ਦੀ ਜਗ੍ਹਾ 'ਤੇ ਜਾਂ ਤੁਹਾਨੂੰ ਇਹਦੇ ਵੇਖਿਆ ਇਹ ਛੱਤ ਸਾਰੀ ਲੱਕੜ ਦੀ,
ਇਹ ਗਾਰਡਰ ਕਹਿ ਲਓ ਤੁਸੀਂ, ਇਹ ਲੱਕੜ ਦਾ ਇਸ ਨੂੰ ਛਤੀ ਰੱਖਿਆ ਜਾਂਦਾ, ਇਹ ਲੱਕੜੀ ਦੇ ਬਾਲਣ ਤਿਆਰ ਦੀ ਜਗ੍ਹਾ 'ਤੇ। ਅਤੇ ਪਹਿਲੇ ਪਹਿਲੇ ਇਹ ਬਹੁਤ ਜ਼ਿਆਦਾ ਇਸਤੇਮਾਲ ਹੁੰਦੀਆਂ ਹਨ, ਲੱਕੜੀ ਦੀਆਂ ਛਤੀਰ ਅਤੇ ਬਾਲੇ ਅਤੇ ਉੱਤੋਂ ਪਤਲਾਂ, ਉਸ ਬਾਅਦ ਨੂੰ ਗਾਰਡਰ ਤਿਆਰ ਆ ਗਿਆ ਉਹਨਾਂ ਦੇ ਉੱਤੇ ਟਹਿਲਾਂ, ਅੱਜ ਕੱਲ੍ਹ ਮੁੜ ਲੈਂਟਰ ਆ ਗਿਆ। ਲੇਕਿਨ ਜਿੱਥੇ ਕਿ ਵਧੇ ਹਨ ਛਤੀਰ ਅਤੇ ਬਾਲੇ ਜਿਹੜੇ ਨੇ, ਉਹ ਇਸਤੇਮਾਲ ਹੁੰਦੇ ਨੇ ਹੁਣ ਵੀ। ਬਾਈ ਉੱਤੇ ਚੜ੍ਹ ਕੇ ਪਲੇਟਾਂ ਸਿਮਲਿਆਂ ਦਾ ਵਧਾ, ਕਿਉਂਕਿ ਰਾਤੀ ਜਿਹੜੀ ਹਵਾ ਆਈ ਨਾ ਬਹੁਤ ਜ਼ਿਆਦਾ ਤੇਜ਼ ਆਈ, ਪਲੇਟਾਂ ਦਾ ਇਹ ਬਹੁਤ ਖਤਰਾ ਹੁੰਦਾ ਕਿ ਉੱਡ ਕੇ ਉੱਤੋਂ ਤੱਲੇ ਹੀ ਨਾ ਆਈਆਂ ਪਈਆਂ। ਅਗਲੇ ਦਿਨ ਵਲੌਗ ਤੇ ਮੈਂ ਖਾਇਆ ਸੀ, ਬਹੁਤ ਗੰਦੀ ਹੋਈਆਂ ਪਈਆਂ ਪਲੇਟਾਂ, ਸੁਥਰੀਆਂ ਹੋ ਗਈਆਂ ਬਿਲਕੁਲ। ਕਣਕਾਂ ਜਿਨ੍ਹਾਂ ਪਾਣੀ ਲੱਗੋ ਉਹ ਤਾਂ ਬਹੁਤ ਜ਼ਿਆਦਾ ਢਹਿ ਗਈਆਂ, ਨਾ ਮੋੜੀ ਥੋੜ੍ਹੀ ਡੱਠੀ ਉਹ ਸਾਹਮਣੇ ਪਈ ਸਾਰੀਆਂ ਢਹਿ ਗਈਆਂ। ਪਤਲਾਂ ਉੱਤੋਂ ਤੁਹਾਨੂੰ ਵਿਖਾ ਦੇ ਮੈਂ ਪਈਆਂ ਨਹੀਂ ਤਾਂ ਸਾਰੀ ਛੱਤ ਉੱਤੇ ਇਕੱਠੀਆਂ ਡੇਕ ਲੱਗਾ ਪਈ, ਉਹ ਸਾਰੀਆਂ ਪਰਾਂ ਥੱਲੇ ਡਹਿ ਗਈ। ਕੱਲ੍ਹ ਮੈਂ ਉਹਦੇ ਗਿਆ ਦੋਸਤ ਚ ਨਿਓਟ, ਤੁਸੀਂ ਵਲੌਗ ਵੇਖਿਓ ਸੀ, ਅਤੇ ਕੱਲ੍ਹ ਮਿਸਤਰੀਆਂ ਐ ਦੀਵਾਰ ਲਾਈਏ ਅਤੇ ਐਵੇਂ ਬਰਬਾਦ, ਅਤੇ ਬਾਕੀ ਨਾ ਕੱਲ੍ਹ ਆਏ ਤਿਆਰਾਂ ਇਹਦੇ ਪਰ ਰੱਖੀਆਂ, ਅਤੇ ਬਾਈ ਨਵੀਆਂ ਵੀ ਆਉਂਦੀਆਂ ਨਾ ਉਹ ਸਾਵੇਂ ਪਈਆਂ, ਇਹ ਆਈ ਰੰਗ ਕਰਨੀਆਂ। ਬਾਬਾ ਖਾਨ ਜਿਹੜੇ ਇਹਨਾਂ ਨੂੰ ਸਾਰੀ ਪਤਲਾਂ ਚਾਹ ਕੇ ਦੁਬਾਰਾ ਰੱਖਦਾ ਪਿਆ, ਇੱਥੇ ਖਿਲਾਰ ਕੇ ਇਹਨਾਂ ਨੂੰ ਸਾਰਾ ਦੁਬਾਰਾ ਬਣਾਈ ਸੀ, ਦੇ ਖੁੱਲੀ ਜਾਗਦ ਫਿਲਹਾਲ ਇੱਥੇ ਸੁਕਾ ਮੁਣ ਕਰ ਰੱਖਦਾ ਪਿਆ, ਦੋ ਪਲੱਗ ਸੀ ਅਤੇ ਕੁਛ ਓਕੇਸ਼ਨ ਕਿਉਂਕਿ ਸਿਨੀਆਂ ਹੀ ਬੋਮ ਪਈ। ਨਹੀਂ ਹੁਣ ਸਾਰੀਆਂ ਖੋਲ ਕੇ ਨਹੀਂ ਜੋੜਨੀਆਂ, ਕੁਝ ਕੁਝ ਵਿੱਚ ਮਤਲਬ ਸੈੱਟ ਬਣਾਉਣੇ ਜਿਹੜਾ ਜੁਗਾੜ ਬਿਸੋਣਾ ਜਿਹਾ ਕੰਮ ਹੋ ਜਾਵੇ, ਚੱਲ ਤੂੰ ਤੂੰ ਆਪਣਾ ਕੰਮ ਮੁਕਾ। ਇਦੋਂ ਸਾਰੀਆਂ ਜਿਹੜੀ ਤੱਲੇ ਤੱਲੇ ਪਈਆਂ ਨੇ ਮਸ਼ੀਨ 'ਤੇ, ਉਹ ਚਾਹ ਕੇ ਸਿੱਧੇ ਸੱਟ ਲਈਆਂ, ਇੱਥੋਂ ਨਹੀਂ ਆਉਂਦਾ ਬਾਕੀ ਦਾ ਕੰਮ ਉਸੀ। ਵਾਹਲੇਕੁਮ ਸਲਾਮ, ਅੱਜ ਕੇ ਛੱਡ ਪੇਪਰ ਏ ਯਾਦ ਹੈ ਮੁੜ, ਉੱਥੇ ਜਾ ਕੇ ਤਿਆਰ ਕਰੇ ਸੀ ਅਜਾਨ ਤੇਰਾ ਕਿਸੇ ਦਾ ਉਰਦੂ ਤਈ ਤਿਆਰ ਏ ਆਈ ਤਹਿਰੀਰੀ ਕਾਲ ਸੁਣਨ ਦਾ ਆਈ। ਅੱਛਾ ਕਾਲ ਤਹਿਰੀਰੀ ਹੋ ਗਿਆ ਆਈ ਸੁਣਨ ਦਾ, ਚਲੋ ਠੀਕ ਜਿਹੜਾ ਜਾਓ।